ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਸਾਡੇ YouTube ਚੈਨਲ 'ਤੇ ਸਵਾਗਤ ਆ। ਜੇ ਤੁਸੀਂ ਪਹਿਲੀ ਵਾਰ ਸਾਡੇ ਚੈਨਲ ਨੂੰ ਵੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ, ਤਾਂ ਕਿ ਤੁਹਾਨੂੰ ਜਿਹੜੀ ਆ ਵੀਡੀਓ ਨੇ ਉਹ ਸਮੇਂ ਸਿਰ ਮਿਲਦੀਆਂ ਰਹਿਣ। ਅੱਜ ਅਸੀਂ ਮਹਿੰਦਰ ਸਿੰਘ ਰੰਧਾਵਾ ਦੀ ਸਵੈ ਜੀਵਨੀ ਆਪ ਬੀਤੀ ਤੁਹਾਡੇ ਨਾਲ ਡਿਸਕਸ ਕਰਾਂਗੇ ਜੀ। ਆਓ ਜੀ ਕਰਦੇ ਹਾਂ ਸ਼ੁਰੂ। ਆਪ ਬੀਤੀ ਮਹਿੰਦਰ ਸਿੰਘ ਰੰਧਾਵਾ ਦੀ ਸਵੈ ਜੀਵਨੀ ਆ ਜੀ। ਇਹ ਤੋਂ ਪਹਿਲਾਂ ਆਪਾਂ ਥੋੜ੍ਹਾ ਜਿਹਾ ਮਹਿੰਦਰ ਸਿੰਘ ਰੰਧਾਵਾ ਦੇ ਜੀਵਨ ਬਾਰੇ ਜਾਣ ਲੈਂਦੇ ਹਾਂ ਜੀ। ਮਹਿੰਦਰ ਸਿੰਘ ਰੰਧਾਵਾ ਦਾ ਜਿਹੜਾ ਜੀਵਨ ਕਾਲ ਆ ਜੀ 1909 ਅਤੇ 1986 ਆ ਜੀ। ਮਹਿੰਦਰ ਸਿੰਘ ਰੰਧਾਵਾ ਦੀ ਸਵੈ ਜੀਵਨੀ ਦਾ ਨਾਮ ਆਪ ਬੀਤੀ ਆ, ਜੋ 1983 ਦੇ ਵਿੱਚ ਛਪੀ। ਮਹਿੰਦਰ ਸਿੰਘ ਰੰਧਾਵੇ ਦਾ ਜਨਮ 2 ਫਰਵਰੀ 1909 ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੋਦਲ ਵਿੱਚ ਹੋਇਆ ਜੀ। 1972 ਵਿੱਚ ਭਾਰਤ ਸਰਕਾਰ ਵੱਲੋਂ ਪਦਮ ਭੂਸ਼ਣ ਦਾ ਸਨਮਾਨ ਦਿੱਤਾ ਗਿਆ। ਮਹਿੰਦਰ ਸਿੰਘ ਰੰਧਾਵਾ ਦੀ ਜਿਹੜੀ ਸਵੈ ਜੀਵਨੀ ਸੀ ਆਪ ਬੀਤੀ, ਉਹ ਮਹਿੰਦਰ ਸਿੰਘ ਰੰਧਾਵਾ ਨੇ ਨਹੀਂ ਲਿਖਣੀ ਸੀ। ਉਹ ਤੋਂ ਪਹਿਲਾਂ ਪ੍ਰੋਫੈਸਰ ਦਲੀਪ ਸਿੰਘ ਦੀਪ ਨੇ ਮਹਿੰਦਰ ਸਿੰਘ ਰੰਧਾਵਾ ਦੀ ਜੀਵਨੀ ਲਿਖਣੀ ਸੀ, ਪਰ ਉਸ ਤੋਂ ਬਾਅਦ ਮਹਿੰਦਰ ਸਿੰਘ ਰੰਧਾਵਾ ਦਾ ਆਪ ਹੀ ਸਵੈ ਜੀਵਨੀ ਲਿਖਣ ਦਾ ਮਨ ਬਣ ਗਿਆ। ਉਹ ਤੋਂ ਪਹਿਲਾਂ ਜੀਵਨੀ ਰੂਪ ਦੇ ਵਿੱਚ ਇਹ ਜਿਹੜੀ ਰਚਨਾ ਇਹ ਦਲੀਪ ਸਿੰਘ ਦੀਪ ਨੇ ਲਿਖਣੀ ਸੀ। ਬੜਾ ਇੰਪੋਰਟੈਂਟ ਆ, ਸਵਾਲ ਆ ਸਕਦਾ ਤੁਹਾਨੂੰ, ਠੀਕ ਆ ਜੀ। ਅਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਨੂੰ ਉਸਾਰਨ ਦੇ ਵਿੱਚ ਮਹਿੰਦਰ ਸਿੰਘ ਰੰਧਾਵਾ ਦਾ ਵੱਡਾ ਯੋਗਦਾਨ ਆ। ਮਹਿੰਦਰ ਸਿੰਘ ਰੰਧਾਵਾ ਇੱਕ ਪਾਸੇ IAS ਆਫਿਸਰ ਸੀ ਅਤੇ ਦੂਜੇ ਪਾਸੇ ਸਾਹਿਤਕਾਰ ਵੀ ਸੀ। ਸਾਹਿਤ ਨੂੰ ਬਹੁਤ ਪਿਆਰ ਕਰਦਾ ਸੀ, ਕਲਾ ਨੂੰ ਬਹੁਤ ਪਿਆਰ ਕਰਨ ਵਾਲਾ ਸਾਡੇ ਕੋਲ ਵਿਦਵਾਨ ਸੀ ਇਹ। ਬਚਪਨ ਦੀਆਂ ਯਾਦਾਂ ਰੰਧਾਵੇ ਨੂੰ ਯਾਦ ਨਾ ਹੋਣ ਕਰਕੇ ਉਹਨਾਂ ਦੀ ਜਿਹੜੀ ਸਵੈ ਜੀਵਨੀ ਆ ਆਪ ਬੀਤੀ, ਉਹਦੇ ਪਹਿਲੇ 7 ਅਧਿਆਏ ਨੇ ਜਿਹੜੇ ਉਹ ਮਹਿੰਦਰ ਸਿੰਘ ਰੰਧਾਵਾ ਦੀ ਵੱਡੀ ਭੈਣ ਹਰਬੰਸ ਕੌਰ ਨੇ ਲਿਖੇ ਸੀ, ਅਤੇ ਮਹਿੰਦਰ ਸਿੰਘ ਰੰਧਾਵਾ ਨੇ ਉਹਨਾਂ 7 ਅਧਿਆਏ ਨੂੰ ਸਿਰਫ ਐਡਿਟ ਕੀਤਾ ਅਤੇ ਤਰਤੀਬ ਦਿੱਤੀ। ਠੀਕ ਹੈ ਜੀ, ਤੁਹਾਨੂੰ ਸਵਾਲ ਆ ਸਕਦਾ ਕਿ ਮਹਿੰਦਰ ਸਿੰਘ ਰੰਧਾਵਾ ਦੇ ਦੀ ਸਵੈ ਜੀਵਨੀ ਦੇ ਜਿਹੜੇ ਪਹਿਲੇ 7 ਅਧਿਆਏ ਨੇ ਉਹ ਕਿਸ ਦੁਆਰਾ ਲਿਖੇ ਗਏ ਨੇ? ਉਹ ਉਹਨਾਂ ਦੀ ਵੱਡੀ ਭੈਣ ਹਰਬੰਸ ਕੌਰ ਦੁਆਰਾ ਲਿਖੇ ਗਏ ਨੇ, ਕਿਉਂਕਿ ਮਹਿੰਦਰ ਸਿੰਘ ਰੰਧਾਵਾ ਨੂੰ ਆਪਣੇ ਜੀਵਨ ਦੀਆਂ ਜਿਹੜੇ ਜਨਮ ਸਮੇਂ ਦੀਆਂ ਜਿਹੜੀਆਂ ਯਾਦਾਂ ਸੀ, ਜਿਹੜੇ ਉਹਦੇ ਅਨੁਭਵ ਸੀ, ਉਹ ਮਹਿੰਦਰ ਸਿੰਘ ਰੰਧਾਵਾ ਨੂੰ ਯਾਦ ਨਹੀਂ ਸੀ। ਠੀਕ ਆ ਜੀ, ਉਹ ਹਰਬੰਸ ਕੌਰ ਨੇ ਲਿਖੇ ਸੀ ਤਾਂ ਕਰਕੇ, ਅਤੇ ਬਾਅਦ ਵਿੱਚ ਉਹਦੀ ਐਡਿਟ ਅਤੇ ਤਰਤੀਬ ਮਹਿੰਦਰ ਸਿੰਘ ਰੰਧਾਵਾ ਨੇ ਯਾਦ ਰੱਖੀ ਜੀ। ਆਪ ਬੀਤੀ ਦੇ ਜਿਹੜੇ ਲੇਖ ਨੇ ਉਹ ਸਰਦਾਰ ਪ੍ਰੀਤਮ ਸਿੰਘ ਨੂੰ ਦਿੱਤੇ ਸੀ, ਅਤੇ ਉਹਨਾਂ ਦਾ ਇੱਕ ਰਸਾਲਾ ਸੀ RC, ਉਹਦੇ ਵਿੱਚ ਇਹ ਛਪਦੇ ਰਹੇ। 1976 ਤੋਂ ਲੈ ਕੇ 1978 ਤੱਕ ਸਿਲਸਿਲੇਵਾਰ ਇਹ ਜਿਹੜੇ ਲੇਖ ਨੇ ਉਹ ਛਾਪੇ। ਜੇ ਤੁਹਾਨੂੰ ਸਵਾਲ ਆ ਜਾਏ ਕਿ ਆਪ ਬੀਤੀ ਦੇ ਜਿਹੜੇ ਲੇਖ ਸੀ ਉਹ ਪਹਿਲਾਂ ਕਿਹੜੇ ਰਸਾਲੇ ਦੇ ਵੀ ਛਪਦੇ ਸੀ, ਉਹ RC ਰਸਾਲੇ ਦੇ ਵੀ ਛਪਦੇ ਸੀ। 1976 ਤੋਂ ਲੈ ਕੇ 1978 ਤੱਕ ਲਗਾਤਾਰ ਛਪਦੇ ਰਹੇ, ਅਤੇ ਬਾਅਦ ਵਿੱਚ ਉਹਨਾਂ ਨੇ ਜਿਹੜੀ ਆਪਣੀ ਸਵੈ ਜੀਵਨੀ ਆ 1983 ਦੇ ਵਿੱਚ ਸੰਪੂਰਨ ਰੂਪ ਦੇ ਵਿੱਚ ਛਾਪੀ। ਰੰਧਾਵੇ ਨੇ ਕਾਂਗੜਾ ਚਿੱਤਰਕਲਾ ਦੀ ਖੋਜ ਕੀਤੀ ਜੀ, ਅਤੇ ਜੋ ਜਗਤ ਪ੍ਰਸਿੱਧ ਹੋਈ ਆ। ਕਾਂਗੜੇ ਦੀ ਜਿਹੜੀ ਚਿੱਤਰਕਲਾ ਸੀ ਬਹੁਤ ਰਸ ਭਰੀ ਸੀ। ਕਾਂਗੜੇ ਦੇ ਲੋਕ ਗੀਤਾਂ ਦੀ ਖੋਜ ਕੀਤੀ ਮਹਿੰਦਰ ਸਿੰਘ ਰੰਧਾਵਾ ਨੇ। ਜਿਵੇਂ ਕਿ ਤੁਹਾਨੂੰ ਪਹਿਲਾਂ ਮੈਂ ਦੱਸਿਆ ਕਿ ਮਹਿੰਦਰ ਸਿੰਘ ਰੰਧਾਵਾ ਇਕੱਲਾ ਅਫਸਰ ਨਹੀਂ ਸੀ, ਉਹ ਇੱਕ ਬਹੁਤ ਚੰਗਾ ਸਾਹਿਤਕਾਰ ਸੀ। ਖੋਜ ਬਹੁਤ ਕੀਤੀ ਉਹਨਾਂ ਨੇ ਕਾਂਗੜੇ ਦੇ ਚਿੱਤਰਕਲਾ ਬਾਰੇ, ਗੀਤਾਂ ਬਾਰੇ, ਹਰਿਆਣੇ ਦੇ ਗੀਤਾਂ ਬਾਰੇ, ਅਤੇ ਉਹਨਾਂ ਨੇ ਸਾਹਿਤ ਇਕੱਤਰ ਵੀ ਕੀਤਾ, ਲੋਕ ਸਾਹਿਤ, ਅਤੇ ਨਾਲ ਨਾਲ ਉਹ ਇੱਕ ਅਫਸਰ ਵੀ ਸੀ, ਬਹੁਤ ਵੱਡੇ ਵਿਦਵਾਨ ਵੀ ਸੀ। ਅਤੇ ਰੰਧਾਵੇ ਨੇ ਕਾਂਗੜਾ ਬਾਰੇ ਉਹਨਾਂ ਦੀ ਇੱਕ ਪੁਸਤਕ ਸੀ ਇੰਡੀਅਨ ਪੇਂਟਿੰਗ, ਉਹ ਬਹੁਤ ਜਗਤ ਪ੍ਰਸਿੱਧ ਹੋਈ ਆ ਜੀ। ਜੇ ਆਪਾਂ ਅੱਗੇ ਗੱਲ ਕਰਦੇ ਹਾਂ, ਮਹਿੰਦਰ ਸਿੰਘ ਰੰਧਾਵਾ ਨੇ ਭਾਰਤ ਦੀ ਖੇਤੀਬਾੜੀ ਦਾ ਇਤਿਹਾਸ 4 ਜਿਲਦਾਂ ਵਿੱਚ ਲਿਖ ਕੇ ਪੂਰਾ ਕੀਤਾ। ਅਤੇ ਜਿਹੜੀ ਇਹ ਜਿਹੜੀ ਸਵੈ ਜੀਵਨੀ ਆ ਆਪ ਬੀਤੀ, ਉਹਦਾ ਜਿਹੜਾ ਪ੍ਰਵੇਸ਼ ਆ ਉਹ ਮਹਿੰਦਰ ਸਿੰਘ ਰੰਧਾਵਾ ਦੁਆਰਾ ਲਿਖਿਆ ਗਿਆ ਜੀ। ਅਤੇ ਆਖਰੀ ਅਧਿਆਇ ਆ ਜਿਹੜਾ ਸਾਡੀ ਖੇਤੀ ਦਾ ਤਜਰਬਾ, ਉਹਨਾਂ ਦੀ ਪਤਨੀ ਇਕਬਾਲ ਕੌਰ ਨੇ ਲਿਖਿਆ ਸੀ। ਇਹ ਵੀ ਇੱਕ ਸਵਾਲ ਆ ਕਿ ਪਹਿਲੇ 7 ਅਧਿਆਏ ਨੇ ਜਿਹੜੇ ਉਹ ਉਹਨਾਂ ਦੀ ਵੱਡੀ ਭੈਣ ਹਰਬੰਸ ਕੌਰ ਨੇ ਲਿਖੇ ਨੇ, ਅਤੇ ਆਖਰੀ ਅਧਿਆਏ ਆ ਜਿਹਦਾ ਨਾਮ ਆ ਸਾਡਾ ਖੇਤੀ ਦਾ ਤਜਰਬਾ, ਉਹ ਉਹਨਾਂ ਦੀ ਪਤਨੀ ਇਕਬਾਲ ਕੌਰ ਨੇ ਲਿਖੇ ਨੇ। ਅਤੇ ਰੰਧਾਵਾ ਜਿਵੇਂ ਕਿ ਪਹਿਲਾਂ ਆਪਾਂ ਦੱਸ ਚੁੱਕੇ ਹਾਂ IAS ਅਫਸਰ ਸੀ, ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸੇਵਾ ਮੁਕਤ ਹੋਈ ਸੀ। ਉੱਥੇ ਉਹ ਯੂਨੀਵਰਸਿਟੀ ਦੇ ਕੁਲਪਤੀ ਸੀ, ਵਾਈਸ ਚਾਂਸਲਰ ਸੀ। ਅਤੇ ਰੰਧਾਵਾ ਨੇ ਪੰਜਾਬੀ ਸਿਵਲ ਅਧਿਕਾਰੀ ਸੀ, IAS ਆਫਿਸਰ ਸੀ, ਅਤੇ ਨਾਲ ਨਾਲ ਸਾਹਿਤਕਾਰ ਵੀ ਸੀ। ਅਤੇ ਜਦੋਂ ਉਹ IAS ਆਫਿਸਰ ਸੀ ਤਾਂ ਭਾਰਤ ਦੀ ਵੰਡ ਦੇ ਸਮੇਂ ਜਿਹੜੇ ਉੱਜੜੇ ਪੰਜਾਬੀ ਨੇ ਉਹਨਾਂ ਦਾ ਉਹਨਾਂ ਨੂੰ ਮੁੜ ਵਸੇਵਾ ਕੀਤਾ ਉਹਨਾਂ ਦਾ।
ਇੱਕ ਅਤੀਤ ਚੰਡੀਗੜ੍ਹ ਦੀ ਸਥਾਪਨਾ ਕੀਤੀ ਜੀ ਅਤੇ ਭਾਰਤ ਦੇ ਹਰੇ ਇਨਕਲਾਬ ਅਤੇ ਪੰਜਾਬ ਦੀਆਂ ਕਲਾਵਾਂ ਦੇ ਦਸਤਾਵੇਜ਼ੀਕਰਨ ਵਿੱਚ ਅਹਿਮ ਯੋਗਦਾਨ ਆ ਮਹਿੰਦਰ ਸਿੰਘ ਰੰਧਾਵਾ ਦਾ ਅਤੇ ਉਹ ਸਾਹਿਤਕਾਰ ਵੀ ਸੀ ਇੱਕ ਸਿਵਲ ਅਧਿਕਾਰੀ ਵੀ ਸੀ ਅਤੇ ਭਾਰਤ ਦੀ ਵੰਡ ਦੇ ਉੱਜੜੇ ਪੰਜਾਬੀਆਂ ਨੂੰ ਉਹਨਾਂ ਨੇ ਮੁੜ ਵਸਾਇਆ ਚੰਡੀਗੜ੍ਹ ਦੀ ਸਥਾਪਨਾ ਕੀਤੀ ਭਾਰਤ ਦੇ ਹਰੇ ਇਨਕਲਾਬ ਦੇ ਵਿੱਚ ਉਹਨਾਂ ਦਾ ਵੱਡਾ ਯੋਗਦਾਨ ਆ ਅਤੇ ਪੰਜਾਬ ਦੀਆਂ ਕਲਾਵਾਂ ਹੈ ਨਾ ਚਿੱਤਰਕਲਾ ਹੋ ਗਈ ਅਤੇ ਹੋਰ ਬਹੁਤ ਸਾਰੀਆਂ ਕਲਾਵਾਂ ਨੇ ਉਹਨਾਂ ਦਾ ਦਸਤਾਵੇਜ਼ੀਕਰਨ ਦੇ ਵਿੱਚ ਵੀ ਅਹਿਮ ਯੋਗਦਾਨ ਅਤੇ 1945 ਦੇ ਵਿੱਚ ਸੰਯੁਕਤ ਰਾਸ਼ਟਰ ਦੀ ਕਨੇਡਾ ਵਿੱਚ ਹੋ ਰਹੀ ਫੂਡ ਅਤੇ ਖੇਤੀਬਾੜੀ ਸੰਸਥਾ ਦੇ ਭਾਰਤੀ ਡੈਲੀਗੇਸ਼ਨ ਦੇ ਸਕੱਤਰ ਵਜੋਂ ਵੀ ਸ਼ਮੂਲੀਅਤ ਕੀਤੀ ਮਹਿੰਦਰ ਸਿੰਘ ਰੰਧਾਵਾ ਨੇ ਜੀ। 1945 ਵਿੱਚ ਭਾਰਤੀ ਖੇਤੀ ਖੋਜ ਸੰਸਥਾ ਨਵੀਂ ਦਿੱਲੀ ਦੇ ਸਕੱਤਰ ਬਣੇ ਰਹੇ ਅਤੇ 1955 ਵਿੱਚ ਭਾਰਤੀ ਖੇਤੀ ਮੰਤਰਾਲੇ ਦੀ ਕੌਂਸਲ ਦੇ ਅਡੀਸ਼ਨਲ ਸਕੱਤਰ ਬਣੇ ਜੀ ਮਹਿੰਦਰ ਸਿੰਘ ਰੰਧਾਵਾ। ਅਤੇ ਰੰਧਾਵਾ ਨੂੰ ਭਾਰਤ ਦੀ ਹਰੀ ਕ੍ਰਾਂਤੀ ਦਾ ਪੈਤਾਮਾ ਵੀ ਕਿਹਾ ਜਾਂਦਾ। ਰੰਧਾਵੇ ਨੇ ਚੰਡੀਗੜ੍ਹ ਨੂੰ 6 ਗੁਲਾਬਾਂ ਦਾ ਸ਼ਹਿਰ ਬਣਾ ਦਿੱਤਾ ਜੀ। ਅਤੇ ਕਾਂਗੜੇ ਦੌਰੇ ਦੌਰਾਨ ਸ਼ੋਭਾ ਸਿੰਘ ਚਿੱਤਰਕਾਰ ਮਿਲੇ ਜੀ ਮਹਿੰਦਰ ਸਿੰਘ ਰੰਧਾਵਾ ਨੂੰ ਅਤੇ ਸ਼ੋਭਾ ਸਿੰਘ ਨੇ ਰੰਧਾਵੇ ਦੀ ਇੱਕ ਪੇਂਟਿੰਗ ਵੀ ਬਣਾਈ ਹੈ ਜੀ। ਕਈ ਆਪਾਂ ਹੁਣ ਮਹਿੰਦਰ ਸਿੰਘ ਰੰਧਾਵਾ ਦੀ ਜਿਹੜੀਆਂ ਕਿਤਾਬਾਂ ਨੇ ਰਚਨਾਵਾਂ ਨੇ ਉਹਨਾਂ ਬਾਰੇ ਗੱਲ ਕਰ ਲੈਂਦੇ ਹਾਂ ਜੀ। ਪੰਜਾਬ ਦੇ ਲੋਕ ਗੀਤ, ਕਾਂਗੜੇ ਦੇ ਲੋਕ ਗੀਤ, ਕੁੱਲੂ ਦੇ ਲੋਕ ਗੀਤ, ਹਰਿਆਣੇ ਦੇ ਲੋਕ ਗੀਤ, ਪੰਜਾਬ ਪ੍ਰੀਤ ਕਹਾਣੀਆਂ ਜੀ, ਉਹਨਾਂ ਦੀ ਕਿਤਾਬ ਪੰਜਾਬ ਉਹ ਬੜੀ ਇੰਪੋਰਟੈਂਟ ਆ ਜੀ ਅਤੇ ਭਾਸ਼ਾ ਵਿਭਾਗ ਨੇ ਉਹ ਛਾਪੀ ਆ, ਉਹਦੇ ਉਹ ਸੰਪਾਦਕ ਨੇ ਅਤੇ 1960 ਦੇ ਵਿੱਚ ਕਿਤਾਬ ਆਈ ਆ। ਬਹੁਤ ਸਾਰੇ ਪੇਪਰਾਂ ਦੇ ਵਿੱਚ ਇਹ ਕਿਤਾਬ ਪੁੱਛੀ ਜਾਂਦੀ ਆ ਜੀ, ਪੰਜਾਬ ਕਿਤਾਬ ਦਾ ਸੰਪਾਦਕ ਕੌਣ ਆ? ਤਾਂ ਮਹਿੰਦਰ ਸਿੰਘ ਰੰਧਾਵਾ। ਪੰਜਾਬੀ ਲੋਕ ਗੀਤ, ਪੂਰਨ ਸਿੰਘ ਜੀਵਨ ਅਤੇ ਕਵਿਤਾ ਉਹਨਾਂ ਦੀ ਸੰਪਾਦਕ ਕੀਤੀ ਹੋਈ ਕਿਤਾਬ ਆ ਜੀ। ਪੂਰਨ ਸਿੰਘ ਦੀ ਵਾਰਤਕ ਸੰਪਾਦਕ ਕੀਤੀ ਹੋਈ ਕਿਤਾਬ ਆ ਜੀ। ਕਾਂਗੜੇ ਕਲਾ ਅਤੇ ਲੋਕ ਗੀਤ ਅਤੇ ਉਹਨਾਂ ਦੀ ਸਭ ਤੋਂ ਜਿਹੜੀ ਇੰਪੋਰਟੈਂਟ ਕਿਤਾਬ ਆ ਉਹ ਆਪ ਬੀਤੀ 1983 ਅਤੇ ਪੰਜਾਬ। ਇਹ ਦੋ ਕਿਤਾਬਾਂ ਉਹਨਾਂ ਦੀਆਂ ਬਹੁਤ ਜ਼ਿਆਦਾ ਮਕਬੂਲ ਨੇ ਜੀ, ਤੁਸੀਂ ਯਾਦ ਰੱਖਣੀਆਂ ਨੇ ਕਿ ਕਦੋਂ ਛਪੀਆਂ। ਪੰਜਾਬ 1960 ਦੇ ਵੀ ਛਪੀ ਅਤੇ ਆਪ ਬੀਤੀ 1983 ਦੇ ਵੀ ਛਪੀ। ਚਲੋ ਜੀ ਆਪਾਂ ਅੱਗੇ ਗੱਲ ਕਰਦੇ ਹਾਂ ਸਵੈ ਜੀਵਨੀ ਬਾਰੇ। ਆਪ ਬੀਤੀ ਸਵੈ ਜੀਵਨੀ ਦੇ 5 ਭਾਗ ਨੇ ਜੀ, ਪਰ ਤਤਕਰੇ ਵਿੱਚ 4 ਭਾਗ ਦੱਸੇ ਹੋਏ ਨੇ। ਜਦੋਂ ਅਸੀਂ ਵਿੱਚੋਂ ਆਪ ਬੀਤੀ ਸਵੈ ਜੀਵਨੀ ਨੂੰ ਪੜ੍ਹਦੇ ਹਾਂ ਤਾਂ ਅੰਦਰੋਂ ਸਾਨੂੰ 5ਵੇਂ ਭਾਗ ਦਾ ਵੀ ਪਤਾ ਲੱਗਦਾ, ਠੀਕ ਆ ਜੀ। ਅਤੇ ਬਾਹਰ ਤਤਕਰੇ ਦੇ ਵਿੱਚ 4 ਭਾਗ ਨੇ, ਯਾਦ ਰੱਖਿਓ ਕਿ ਉਹਦੇ 5 ਭਾਗ ਨੇ ਅਤੇ ਕੁੱਲ 57 ਕਾਂਡ ਨੇ ਜੀ ਉਹਦੇ ਵਿੱਚ। ਅਤੇ ਪਹਿਲਾ ਜਿਹੜਾ ਉਹਨਾਂ ਦਾ ਭਾਗ ਆ ਉਹਦਾ ਨਾਂ ਰੱਖਿਆ ਉਹਨਾਂ ਨੇ ਬਚਪਨ, ਉਹਦੇ ਵਿੱਚ 8 ਲੇਖ ਨੇ ਅਤੇ ਪਹਿਲੇ 7 ਅਧਿਆਇ ਹਰਬੰਸ ਕੌਰ ਨੇ ਲਿਖੇ ਨੇ ਜੀ ਆਪਣੀ, ਇਹਦੇ ਬਾਰੇ ਗੱਲ ਹੋ ਚੁੱਕੀ ਆ। ਅਤੇ ਦੂਜਾ ਜਿਹੜਾ ਭਾਗ ਆ ਉਹ ਵਿਦਿਆਰਥੀ ਸਿਰਲੇਖ ਅਧੀਨ ਆ ਜੀ, ਉਹਦੇ ਵਿੱਚ 5 ਲੇਖ ਨੇ। ਅਤੇ ਤੀਜਾ ਜਿਹੜਾ ਸਿਰਲੇਖ ਆ ਉਹ ਨੌਕਰੀ ਆ, ਉਹਦੇ 'ਚ 18 ਲੇਖ ਨੇ। ਚੌਥਾ ਜਿਹੜਾ ਭਾਗ ਆ ਕਾਂਗੜਾ ਚਿੱਤਰਕਲਾ ਅਤੇ ਲੋਕ ਗੀਤਾਂ ਦੀ ਖੋਜ, ਸਿਰਲੇਖ ਅਧੀਨ ਆ ਜੀ, ਇਹਦੇ ਵਿੱਚ 21 ਲੇਖ ਨੇ ਜਾਂ ਕਾਂਡ ਕਹਿ ਸਕਦੇ ਹਾਂ ਜੀ। ਅਤੇ 5ਵਾਂ ਹੈਗਾ ਮੁਲਕ ਦੀ ਅੰਨ ਸਮੱਸਿਆ ਦਾ ਹੱਲ ਕਰਨਾ ਅਤੇ ਚੰਡੀਗੜ੍ਹ ਨੂੰ ਸ਼ਿੰਗਾਰਨਾ, ਇਹਦੇ ਵਿੱਚ 5 ਲੇਖ ਨੇ ਜੀ। ਜਿਹੜਾ ਆਖਰੀ ਅਧਿਆਇ ਆ ਇਕਬਾਲ ਕੌਰ ਨੇ ਲਿਖਿਆ ਗਿਆ ਜੀ, ਇਹ ਉਹਦਾ ਸਵੈ ਜੀਵਨ ਦਾ ਤਤਕਰਾ ਜੀ, ਕਿੰਨੇ ਭਾਗ ਨੇ ਅਤੇ ਉਹਦੇ 'ਚ ਕਿੰਨੇ ਕਿੰਨੇ ਕਾਂਡ ਨੇ ਉਹ ਵੀ ਦੱਸੇ ਹੋਏ ਨੇ, ਅਤੇ ਕਿੰਨੇ ਲਿਖੇ ਨੇ ਜੀ। 7 ਅਧਿਆਇ ਹਰਬੰਸ ਕੌਰ ਨੇ ਲਿਖੇ ਨੇ ਜੀ, ਅਤੇ ਆਖਰੀ ਅਧਿਆਇ ਸਾਡਾ ਖੇਤੀ ਦਾ ਤਜਰਬਾ ਇਕਬਾਲ ਕੌਰ, ਠੀਕ ਆ ਜੀ। ਅਤੇ ਆਪਾਂ ਅੱਗੇ ਚੱਲਦੇ ਹਾਂ ਜੀ। ਬਸ ਜੀ ਇੰਨਾ ਸੀ ਆਪ ਬੀਤੀ ਸਵੈ ਜੀਵਨੀ ਬਾਰੇ। ਅਤੇ ਤੁਹਾਨੂੰ ਸਵਾਲ ਆ ਸਕਦਾ ਕਿ ਮਹਿੰਦਰ ਸਿੰਘ ਰੰਧਾਵਾ ਦੀ ਸਵੈ ਜੀਵਨ ਦਾ ਨਾਮ ਦੱਸੋ ਜੀ, ਇਹ ਸਵੈ ਜੀਵਨੀ ਕਦੋਂ ਛਪੀ ਜੀ, ਇਹਦੇ ਕਿੰਨੇ ਭਾਗ ਨੇ, ਕਿੰਨੇ ਕਾਂਡ ਨੇ ਜੀ, ਪਹਿਲੇ 7 ਅਧਿਆਏ ਕਿਹਨੇ ਲਿਖੇ ਜੀ, ਆਖਰੀ ਅਧਿਆਏ ਕਿਹਨੇ ਲਿਖਿਆ ਜੀ, ਠੀਕ ਆ ਜੀ। ਅਤੇ ਇਹ ਪਹਿਲੀ ਵਾਰ ਜਦੋਂ ਛਪੀ ਉਹ ਤੋਂ ਪਹਿਲਾਂ ਇਹ ਕਿਹੜੇ ਰਸਾਲੇ ਦੇ ਵਿੱਚ ਛਪਦੀ ਸੀ, ਇਹ ਵਾਰਸੀ ਦੇ ਵਿੱਚ ਛਪਦੀ ਸੀ। ਅਤੇ ਮਹਿੰਦਰ ਸਿੰਘ ਰੰਧਾਵਾ IAS ਆਫਿਸਰ ਸੀ ਅਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਰਿਟਾਇਰ ਹੋਏ। ਅਤੇ ਦੂਜਾ ਸਵਾਲ ਇਹ ਵੀ ਬਣਦਾ ਕਿ ਮਹਿੰਦਰ ਸਿੰਘ ਰੰਧਾਵਾ ਨੇ ਜਿਹੜੀ ਆਪਣੀ ਸਵੈ ਜੀਵਨੀ ਆ ਉਹ ਤੋਂ ਪਹਿਲਾਂ ਇਹ ਜਿਹੜੀ ਸਵੈ ਜੀਵਨੀ ਦੇ ਜਿਹੜੇ ਲੇਖ ਸੀ ਉਹ ਜੀਵਨੀ ਰੂਪ ਦੇ ਵਿੱਚ ਦਲੀਪ ਸਿੰਘ ਦੀਪ ਨੇ ਲਿਖਣੀ ਸੀ, ਪਰ ਬਾਅਦ ਵਿੱਚ ਮਹਿੰਦਰ ਸਿੰਘ ਰੰਧਾਵਾ ਨੇ ਆਪ ਮਨ ਬਣਾ ਲਿਆ ਸਵੈ ਜੀਵਨੀ ਲਿਖਣ ਦਾ ਜੀ। ਇਹ ਥੋੜ੍ਹੇ ਜਿਹੇ ਕੀ ਪੁਆਇੰਟ ਨੇ ਜੀ, ਇਹਨਾਂ ਨੂੰ ਨੋਟ ਕਰ ਲਿਓ। ਅਤੇ ਹੁਣ ਦਾ ਜਿਹੜਾ ਪਿੰਡ ਸੀ ਬੋਦਲ ਸੀ, ਜ਼ਿਲ੍ਹਾ ਹੁਸ਼ਿਆਰਪੁਰ, ਅਤੇ ਹੁਣ ਦਾ ਜੀਵਨ ਕਾਲ ਜ਼ਰੂਰ ਯਾਦ ਰੱਖ।